ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਸਾਰਿਆਂ ਨੂੰ। ਮੇਰੇ ਚੈਨਲ ਈਜ਼ੀ ਕੁੱਕ ਬਲੌਗਸ ਵਿਦ ਪੂਨੀਆ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜ਼ੁਕੀਨੀ ਦੀ ਸਬਜ਼ੀ, ਜਿਹੜੀ ਕਿ ਬਹੁਤ ਹੀ ਹੈਲਦੀ ਸਬਜ਼ੀ ਹੁੰਦੀ ਹੈ। ਇਹਦੇ ਆਪਾਂ ਨੂੰ ਬਹੁਤ ਹੈਲਥ ਬੈਨੀਫਿਟਸ ਨੇ। ਇਹ ਆਪਾਂ ਨੂੰ ਆਪ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਉਣੀ ਚਾਹੀਦੀ ਹੈ। ਚਲੋ ਜਿਹੜੀ ਇਹ ਸਬਜ਼ੀ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ। ਆਪਾਂ ਇਹਦੇ ਵਿੱਚ ਕਿਹੜੀ ਚੀਜ਼ ਪਾ ਸਕਦੇ ਹਾਂ ਜਿਹਦੇ ਨਾਲ ਆਪਣੇ ਬੱਚੇ ਵੀ ਇਹਨੂੰ ਬਹੁਤ ਪਸੰਦ ਕਰਨ, ਚਾਹ ਕੇ ਖਾਣ? ਅਤੇ ਚਲੋ ਇਹ ਮੈਂ ਤੁਹਾਨੂੰ ਦੱਸਾਂਗੀ। ਪਲੀਜ਼ ਮੇਰੀ ਵੀਡੀਓ ਨੂੰ ਸਾਰੇ ਤੁਸੀਂ ਜ਼ਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਅਤੇ ਮੈਨੂੰ ਆਪਣੇ ਕਮੈਂਟਸ ਕਰਨਾ। ਅਤੇ ਚਲੋ ਜਿਹੜੀ ਆਪਾਂ ਇਹ ਸਬਜ਼ੀ ਬਣਾਉਣੀ ਸ਼ੁਰੂ ਕਰੀਏ। ਜ਼ੁਕੀਨੀ ਦੀ ਸਬਜ਼ੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੀ ਜ਼ੁਕੀਨੀ ਹੈ ਉਹ ਚਾਹੀਦੀ ਹੈ, ਅਤੇ ਇਹ ਬਹੁਤ ਹੈਲਦੀ ਸਬਜ਼ੀ ਹੁੰਦੀ ਹੈ ਇਹਦੀ। ਅਤੇ ਇਹ ਮੈਂ ਇੱਕ ਪੀਸ ਹੈ ਜਿਹੜਾ ਇਹਦਾ ਲੈ ਲਿਆ ਜ਼ੁਕੀਨੀ ਦਾ। ਅਤੇ ਇਹਦੇ ਲਈ ਜਿਹੜੇ ਮਸਾਲੇ ਮੈਂ ਆਲਰੇਡੀ ਕੱਟ ਕੇ ਰੱਖ ਲਈਆਂ, ਮੈਂ ਦੋ ਪਿਆਜ਼ ਕੱਟ ਲਈਆਂ। ਅਤੇ ਦੋ ਪਿਆਜ਼, ਅਤੇ ਅੱਜ ਕੱਲ੍ਹ ਜਿਹੜੇ ਪਿਆਜ਼ ਹੈ ਨਾ, ਇਹਨਾਂ ਦੇ ਉੱਤੇ ਇੱਕ ਹਰਾ ਪਾਟ ਆ ਜਾਂਦਾ ਜਿਹੜਾ ਕਿ ਬਹੁਤ ਹੀ ਹੈਲਦੀ ਹੀ ਪਾਟ ਹੁੰਦਾ ਹੈ, ਉਹਨੂੰ ਵੀ ਮੈਂ ਛੋਟਾ ਛੋਟਾ ਕੱਟ ਲਿਆ ਅੱਛੇ ਤਰੀਕੇ ਨਾਲ ਧੋ ਕੇ ਪਿਆਜ਼ਾਂ ਨੂੰ। ਅਤੇ ਮੈਂ ਦੋ ਜਿਹੜੇ ਟਮਾਟਰ ਹੈ ਉਹ ਕੱਟ ਕੇ ਰੱਖ ਲਈਆਂ, ਅਤੇ ਥੋੜ੍ਹਾ ਜਿਹਾ ਮੈਂ ਅਦਰਕ ਹੈ ਜਿਹੜਾ ਉਹ ਛੋਟਾ ਛੋਟਾ ਕੱਟ ਕੇ ਰੱਖ ਲਿਆ, ਦੋ ਮੈਂ ਹਰੀ ਮਿਰਚ ਲੈ ਲਈ। ਮਿਰਚ ਹਰੀ ਹੈ ਜਿਹੜੀ ਮੈਂ ਇੱਦਾਂ ਹੀ ਤੋੜ ਕੇ ਪਾ ਲਾਂਗੀ ਛੋਟੇ ਛੋਟੇ ਪੀਸ ਕਰਕੇ। ਅਤੇ ਮੈਂ ਥੋੜ੍ਹਾ ਜਿਹਾ ਜਿਹੜਾ ਲਸਣ ਹੈ ਇਹ ਵੀ ਕੱਟ ਕੇ ਲੈ ਲਿਆ। ਅਤੇ ਤੁਸੀਂ ਜਿਹੜੀ ਕੋਈ ਵੀ ਇਹ ਮਸਾਲਾ ਘੱਟ ਵੱਧ ਕਰ ਸਕਦੇ ਹੋ ਆਪਣੀ ਸਬਜ਼ੀ ਦੇ ਅਨੁਸਾਰ, ਜਿੰਨੀ ਤੁਸੀਂ ਸਬਜ਼ੀ ਬਣਾਉਣੀ ਹੈ ਉਸ ਦੇ ਅਕੋਰਡਿੰਗ ਘੱਟ ਜਾਂ ਵੱਧ ਕਰ ਸਕਦੇ ਹੋ। ਅਤੇ ਮਿਰਚ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਉਣੀ ਹੈ। ਅਤੇ ਅਗਰ ਤੁਹਾਡੇ ਘਰ ਦੇ ਵਿੱਚ ਜਿਹੜੀ ਕੱਟੀ ਮਿਰਚ ਪਸੰਦ ਨਹੀਂ ਕਰਦੇ, ਤੁਹਾਡੇ ਕੋਲ ਛੋਟੇ ਬੱਚੇ ਆ ਉਹਨਾਂ ਦੇ ਮੂੰਹ 'ਚ ਨਾ ਜਾਵੇ, ਤਾਂ ਤੁਸੀਂ ਇਹਨੂੰ ਗ੍ਰਾਇੰਡ ਕਰਕੇ ਵੀ ਪਾ ਸਕਦੇ ਹੋ ਆਪ ਦੇ ਅਨੁਸਾਰ। ਅਤੇ ਹੁਣ ਆਪਾਂ ਜਿਹੜੀ ਇਹ ਸਬਜ਼ੀ ਹੈ ਇਹਨੂੰ ਕੱਟ ਲਾਂਗੇ। ਇਹ ਦੇਖੋ ਆਪਾਂ ਜਿਹੜੀ ਜ਼ੁਕੀਨੀ ਹੈ ਇਹਦੀ ਆਪਾਂ ਕਟਾਈ ਕਰ ਲਈ ਹੈ, ਇੱਦਾਂ ਦੇ ਪੀਸ ਜਿਹੜੇ ਮੈਂ ਕੱਟੇ ਆ। ਅਤੇ ਇਹਦਾ ਛਿਲਕਾ ਆਪਾਂ ਬਿਲਕੁਲ ਨਹੀਂ ਉਤਰਲਾ ਉਤਾਰਨਾ, ਕਿਉਂਕਿ ਬਹੁਤ ਇਹ ਹੈਲਦੀ ਹੁੰਦਾ ਹੈ। ਅਤੇ ਜਿਹੜੀ ਇਹ ਜ਼ੁਕੀਨੀ ਹੈ ਇਹਨੂੰ ਪੰਜਾਬੀ 'ਚ ਆਪਾਂ ਤੋਰੀ ਵੀ ਕਹਿ ਸਕਦੇ ਹਾਂ। ਅਤੇ ਇਹਦੇ ਇਹ ਆਪਾਂ ਬਣਾਵਾਂਗੇ ਪਨੀਰ ਨਾਲ, ਕਿਉਂਕਿ ਕਈ ਵਾਰ ਬੱਚੇ ਹੈ ਜਿਹੜੇ ਇੱਦਾਂ ਦੀਆਂ ਸਬਜ਼ੀਆਂ ਖਾਣੀਆਂ ਪਸੰਦ ਨਹੀਂ ਕਰਦੇ ਹੈਗੇ, ਪਰ ਇਹ ਹੈਲਦੀ ਸਬਜ਼ੀ ਬੱਚਿਆਂ ਲਈ ਬਹੁਤ ਚੰਗੀ, ਆਪਾਂ ਨੂੰ ਜ਼ਰੂਰ ਖਵਾਉਣੀ ਚਾਹੀਦੀ। ਆਪਾਂ ਇਸ ਢੰਗ ਨਾਲ ਬਣਾਵਾਂਗੇ ਤਾਂ ਕਿ ਬੱਚੇ ਵੀ ਜਿਹੜੇ ਇਹਨੂੰ ਖਾਣ ਤੋਂ ਮਨ੍ਹਾ ਨਾ ਕਰ ਸਕਣ। ਆਪਾਂ ਇਹਦੇ ਵਿੱਚ ਜਿਹੜਾ ਪਨੀਰ ਪਾਵਾਂਗੇ। ਅਤੇ ਚਲੋ ਹੁਣ ਜਿਹੜੀ ਇਹ ਸਬਜ਼ੀ ਕਿੱਦਾਂ ਬਣਾਉਣੀ ਹੈ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਆਪਾਂ ਚੱਲਦੇ ਹਾਂ ਗੈਸ ਵੱਲ। ਜ਼ੁਕੀਨੀ ਦੀ ਸਬਜ਼ੀ ਬਣਾਉਣ ਦੇ ਲਈ ਜਿਹੜਾ ਮੈਂ ਸਰ੍ਹੋਂ ਦਾ ਤੇਲ ਲਿਆ, ਤੁਸੀਂ ਆਪਣੀ ਚੋਇਸ ਅਨੁਸਾਰ ਕੋਈ ਵੀ ਤੇਲ ਲੈ ਸਕਦੇ ਹੋ। ਤੇਲ ਵਿੱਚੋਂ ਧੂੰਆਂ ਉੱਠ ਚੁੱਕਿਆ, ਕਿਉਂਕਿ ਜਦੋਂ ਵੀ ਆਪਾਂ ਨੇ ਸਰ੍ਹੋਂ ਦੇ ਤੇਲ 'ਚ ਕੋਈ ਚੀਜ਼ ਬਣਾਉਣੀ ਹੈ, ਤੇਲ ਬਿਲਕੁਲ ਅੱਛੇ ਤਰੀਕੇ ਨਾਲ ਗਰਮ ਹੋ ਜਾਣਾ ਚਾਹੀਦਾ, ਅਤੇ ਧੂੰਆਂ ਉਹਦੇ ਵਿੱਚੋਂ ਨਿਕਲ ਜਾਣਾ ਚਾਹੀਦਾ। ਫਿਰ ਉਹਦੀ ਜਿਹੜੀ ਸਮੈਲ ਹੈ ਸਰ੍ਹੋਂ ਦੇ ਤੇਲ ਦੀ ਖਤਮ ਹੋ ਜਾਂਦੀ ਹੈ, ਨਹੀਂ ਤਾਂ ਸਬਜ਼ੀ ਹੈ ਜਿਹੜੀ ਟੇਸਟੀ ਨਹੀਂ ਬਣਦੀ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ। ਜੀਰਾ ਥੋੜ੍ਹਾ ਲਾਲ ਹੋਣ ਦੇਵਾਂਗੇ। ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਮੇਥੀ ਦਾਣਾ ਉਹ ਪਾ ਦਾਂਗੇ। ਮੇਥੀ ਦਾਣੇ ਨਾਲ ਬਹੁਤ ਅੱਛਾ ਟੇਸਟ ਹੈ ਜਿਹੜਾ ਹੁੰਦਾ ਸਬਜ਼ੀ ਦਾ। ਮੇਥੀ ਦਾਣੇ ਅਤੇ ਜੀਰੇ ਦਾ ਕਲਰ ਹੈ ਜਿਹੜਾ ਚੇਂਜ ਹੋ ਚੁੱਕਾ। ਅਤੇ ਹੁਣ ਮੈਂ ਪਾ ਦਿੱਤਾ ਲਸਣ। ਲਸਣ ਨੂੰ ਥੋੜ੍ਹਾ ਜਿਹਾ ਭੁੰਨ ਕੇ ਪਾਵਾਂਗੇ ਅਦਰਕ। ਅਦਰਕ ਨੂੰ ਥੋੜ੍ਹਾ ਜਿਹਾ ਆਪਾਂ ਭੁੰਨ ਲਾਂਗੇ। ਅਤੇ ਹੁਣ ਆਪਾਂ ਪਿਆਜ਼ ਅਤੇ ਹਰੀ ਮਿਰਚ ਜਿਹੜੀ ਉਹ ਪਾ ਦਾਂਗੇ। ਹੁਣ ਆਪਾਂ ਜਿਹੜੀ ਪਿਆਜ਼ ਅਤੇ ਹਰੀ ਮਿਰਚ ਹੈ ਇਹਨੂੰ ਵੀ ਥੋੜ੍ਹਾ ਜਿਹਾ ਭੁੰਨਾਂਗੇ। ਆਪਾਂ ਪਿਆਜ਼ਾਂ ਨੂੰ ਜ਼ਿਆਦਾ ਬਰਾਊਨ ਨਹੀਂ ਕਰਨਾ, ਥੋੜ੍ਹੀ ਜਿਹੀ ਲਾਈਟ ਜਿਹੇ ਬਰਾਊਨ ਕਰਨਾ ਹੈ। ਇਹ ਦੇਖੋ ਆਪਣੇ ਪਿਆਜ਼ ਹੈ ਜਿਹੜੇ ਲਾਈਟ ਬਰਾਊਨ ਹੋ ਚੁੱਕੇ ਹੈ। ਅਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਥੋੜ੍ਹੀ ਜਿਹੀ ਡਰਾਈ ਮੇਥੀ ਅਤੇ ਧਨੀਆ ਪਾਊਡਰ ਅਤੇ ਹਲਦੀ ਅਤੇ ਮਿਕਸ ਕਰ ਦਾਂਗੇ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ, ਅਤੇ ਟਮਾਟਰਾਂ ਦੇ ਨਾਲ ਹੀ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਸੋਲਟ ਪਾ ਦਾਂਗੇ। ਮੈਂ ਹਾਫ ਸਪੂਨ ਸੋਲਟ ਪਾਇਆ ਹੈ, ਮਿਕਸ ਕਰਾਂਗੇ। ਅਤੇ ਹੁਣ ਆਪਾਂ ਜਿਹੜੇ ਟਮਾਟਰ ਹੈ ਇਹਨਾਂ ਨੂੰ ਅੱਛੇ ਤਰੀਕੇ ਨਾਲ ਭੁੰਨ ਲਾਂਗੇ। ਦੇਖੋ ਟਮਾਟਰ ਆਪਣੇ ਬਹੁਤ ਅੱਛੇ ਤਰੀਕੇ ਨਾਲ ਭੁੰਨ ਚੁੱਕੇ ਹਨ ਅਤੇ ਉਹਨਾਂ ਨੇ ਘਿਓ ਛੱਡ ਦਿੱਤਾ। ਅਤੇ ਹੁਣ ਆਪਾਂ ਨੇ ਆਪਣੀ ਜਿਹੜੀ ਸਬਜ਼ੀ ਹੈ ਵਿੱਚ ਐਡ ਕਰ ਦਿੱਤੀ ਅਤੇ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ। ਅਤੇ 10 ਮਿੰਟ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ, ਵਿੱਚੋਂ ਵਿੱਚੋਂ ਹਿਲਾ ਦਾਂਗੇ। ਜਿਹੜੀ ਇਹ ਸਬਜ਼ੀ ਹੈ ਜਿੱਦੂ ਦੀ, ਇਹਦੇ ਲਈ ਆਪਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਹ 'ਚ ਆਲਰੇਡੀ ਪਾਣੀ ਹੁੰਦਾ, ਪਾਣੀ ਛੱਡ ਦਿੰਦਾ। ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਦੋਂ ਤੁਸੀਂ ਇਹਨੂੰ ਐਡ ਕਰਨਾ ਹੈ। ਇੱਦਾਂ ਆਪਾਂ 10 ਮਿੰਟ ਲਈ ਢੱਕ ਕੇ ਰੱਖਾਂਗੇ ਅਤੇ ਵਿੱਚੋਂ ਵਿੱਚੋਂ ਆਪਾਂ ਇਹਨੂੰ ਚੈੱਕ ਢੱਕਣ ਹਟਾ ਕੇ ਹਿਲਾਉਂਦੇ ਵੀ ਰਹਾਂਗੇ। ਇਹ ਦੇਖੋ ਆਪਣੀ ਸਬਜ਼ੀ ਪੂਰੇ ਅੱਛੇ ਤਰੀਕੇ ਨਾਲ ਜਿਹੜੀ ਬੋਇਲ ਹੋ ਰਹੀ ਹੈ ਅਤੇ ਇੰਨਾ ਪਾਣੀ ਹੈ ਜਿਹੜਾ ਆਪਣੀ ਜ਼ੁਕੀਨੀ ਨੇ ਛੱਡ ਦਿੱਤਾ। ਦੇਖੋ ਇਹਨੂੰ ਕੋਈ ਆਪਾਂ ਜਿਹੜੀ ਪੰਜਾਬੀ 'ਚ ਨਾ, ਕੋਈ ਤਾਂ ਇਹਨੂੰ ਤੁਰਾਈ ਵੀ ਕਹਿ ਦਿੰਦਾ ਪੰਜਾਬੀ, ਹਿੰਦੀ ਦੇ ਵਿੱਚ ਹਿੰਦੀ 'ਚ ਤੁਰਾਈ ਕਹਿ ਦਿੰਦੇ ਆ, ਪੰਜਾਬੀ 'ਚ ਤੋਰੀ ਕਹਿ ਦਿੰਦੇ ਆ, ਜਾਂ ਹਰਾ ਕੱਦੂ ਅਤੇ ਹਰਾ ਪੇਠਾ ਵੀ ਇਹਨੂੰ ਕਈ ਲੋਕ ਕਹਿੰਦੇ ਆ। ਅਤੇ ਸਬਜ਼ੀ ਜਿਹੜਾ ਬਣਨ ਦਾ ਟਾਈਮ ਵੀ ਨਾ ਵੱਖਰਾ ਹੋ ਸਕਦਾ, ਥੋੜ੍ਹਾ ਜਿਹਾ ਫਰਕ ਪੈ ਸਕਦਾ 2-4 ਮਿੰਟ ਦਾ। ਇਹ ਇਹਦੇ 'ਤੇ ਇਹਦੇ ਅਕੋਰਡਿੰਗ ਹੈ ਨਾ, ਕਈ ਵਾਰ ਬਹੁਤ ਫਰੈਸ਼ ਹੋਵੇ, ਕਈ ਵਾਰ ਥੋੜ੍ਹੀ ਇੱਕ ਦਿਨ ਪੁਰਾਣੀ ਹੋਵੇ, ਉਹ ਸਬਜ਼ੀ ਕਿਸੇ ਵੀ ਕੁਦਰਤੀ ਚੀਜ਼ ਦਾ ਜਿਹੜਾ ਫਰਕ ਪੈ ਜਾਂਦਾ।
तो देखो अपनी सब्जी जी बन चुकी है ऑलरेडी ये पानी है। तो बाकी तुसी अगर ये ज़्यादा ग्रेवी चाहते हो थोड़ा पानी होर ऐड कर सकते हो, ये घट चाहते हो तो इन खुला छड़ के सुका सकते हो। तो हूँ आप ऐड करा पनीर तो अच्छे तरीके मिक्स कर देंगे। सब्जी अपनी बन चुकी है पर आप पनीर पाने कारण दो मिनट इन होर रख के पकावे ता कि जो पनीर भी अपना अच्छे तरीके मिक्स हो जाए। पनीर नूं दो मिनट पकाने तो बाद एक आप लास्ट के जी चीज़ ये पानी है ये हैगी फ्रैश घर की मलाई जी आप दुध जो गर्म करते हैं दुध तो आँदी है। तो ये मैं एक स्पून जोड़ा लिया तो हूँ ये थोड़ी जी मैं सब्जी मिक्स कराँगी। ये देखो हूँ आप कड़ाही सीधा डायरैक्ट नहीं इनू पाँना सब्जी तो क्रीम मिक्स करा तो फिर आप सब्जी के जी मिक्स कर देंगे। ये इस तरह करने जी सब्जी है बिल्कुल भी फटेगी नहीं। ये देखो सब्जी की फ्लेम है जी आप घट कर देंगे बिल्कुल स्लो रखा तो क्रीम जी आप सब्जी मिक्स की है तो हूँ आप सारी सब्जी के मिला के मिक्स करा। इस तरह करने जी सब्जी तो क्रीम बिल्कुल भी फटती नहीं हैगी। मिक्स कर देंगे तो सिर्फ एक मिनट का सेक लगा के इनू उतार लाँगे। ये देखो कितनी अच्छी अपनी जी सब्जी बन के तैयार होगी। लास्ट में आप धनिया पत्ती पा देंगे। हेल्दी सब्जी अपनी बहुत जल्दी बन के तैयार आ। तो तुहानूं मेरी ये रेसिपी किदां दी लगी जरूर अपने कमेंट्स राही दसना। तुहाडे कमेंट्स का इंतजार रहिंदा है। मेरी वीडियो तुहानूं अच्छी लगे लाइक तो शेयर करना तो मेरे चैनल में सबसक्राइब करना। मेरी वीडियो देखने लई तुहाडा बहुत बहुत धन्यवाद। सारे जने खुश रहो तो हमेशा हसदे वसदे रहो।